ਹਾਂਜੀ, ਕੀ ਨਾਂ ਜੀ ਤੁਹਾਡਾ? ਜਸਪਿੰਦਰ ਸਿੰਘ। ਬੇਟੇ ਦਾ ਕੀ ਨਾਂ? ਗੁਰਲਾਲ ਸਿੰਘ। ਕੀ ਗੱਲਬਾਤ ਹੋਈ? ਕੋਈ ਗੱਲਬਾਤ ਨਹੀਂ, 5 ਵਜੇ ਗਿਆ, ਹੈਪੀ ਬਰਥਡੇ 'ਤੇ ਗਿਆ, ਕੋਈ ਲੜਿਆ ਨਹੀਂ, ਕੋਈ ਝਗੜਿਆ ਨਹੀਂ ਆ, ਕਈ ਹੋਇਆ ਕੇ ਗਿਆ, ਮੈਂ ਹੈਪੀ ਬਰਥਡੇ 'ਤੇ ਚੱਲੀ ਹਾਂ, ਬਸ ਵਾਪਸ ਹੱਸਦਾ ਖੇਡਦਾ ਗਿਆ, ਮੁੜ ਕੇ ਵਾਪਸ ਨਹੀਂ ਆਇਆ। ਕਿਹਦੇ ਬਰਥਡੇ 'ਤੇ ਗਿਆ, ਦੱਸਿਆ ਨਾ ਕੁਛ? ਨਾ, ਕੁਛ ਨਹੀਂ ਦੱਸ ਕੇ ਗਿਆ ਸਾਨੂੰ। ਨਹੀਂ ਪਹਿਲਾਂ ਵੀ ਜਾਂਦਾ ਕਦੇ? ਹਾਂਜੀ, ਜਦੋਂ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ, ਮੁੜ ਕੇ ਹੁਣ ਨਹੀਂ, ਐਰਕਾ ਨਹੀਂ ਆਇਆ। ਕੀ ਕੋਈ ਲੱਗਦਾ ਨਹੀਂ ਕਿਸੇ ਨੇ ਕੋਈ ਅਗਵਾਹ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਛ? ਨਾ ਨਾ, ਕੋਈ ਬਾਤ ਨਹੀਂ ਹੋਈ, ਇਹ ਤੁਹਾਨੂੰ ਪਤਾ ਨਹੀਂ, ਮਹਾਰਾਜ ਜਾਣਦਾ ਵੀ ਕੀ ਹੋਇਆ ਕੀ ਨਹੀਂ, ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ। ਕੋਈ ਲੜ ਦਿੰਦੇ ਨਹੀਂ ਹੈਗਾ ਕਿਸੇ ਨਾਲ? ਨਾ ਨਾ, ਸਾਡਾ ਵੈਰ ਵਿਰੋਧ ਕਿਸੇ ਨਾਲ ਹੈ ਨਹੀਂ। ਕਿੰਨੇ ਦਿਨ? 3 ਤਰੀਕ ਦਾ ਗਿਆ ਹੈ ਇਹੋ ਜੋ ਤੁਹਾਨੂੰ ਪਹਿਲਾਂ ਦੱਸਿਆ। ਕਿੰਨੇ ਦਿਨ ਹੋ ਗਏ ਅੱਜ? 21 ਦਿਨ, 18 ਤਰੀਕ ਦਾ ਗਿਆ ਜੋ ਵੀਰਵਾਰ ਸ਼ਾਮਾਂ ਨੂੰ ਗਿਆ, 5 ਵਜੇ ਦਰਖਾਸਤ ਦਿੱਤੀ ਕੋਈ ਪੁੱਛ? ਹਾਂਜੀ ਹਾਂਜੀ। ਕੀ ਮੰਗ ਕਰਦੇ? ਕੋਈ ਨਹੀਂ ਮੰਗ, ਸਾਡਾ ਪੋਤੀ ਲੱਭ ਜੇ। ਕੀ ਮੰਗ ਕਰਦੇ? ਹਾਂਜੀ, ਕੀ ਮੰਗ ਕਰਦੇ? ਜੋ ਸਰਦਾ ਦੇਵਾਂਗੇ, ਸਾਡਾ ਪੁੱਤ ਵਾਪਸ ਚਾਹੀਦਾ ਬਸ। ਹਾਂਜੀ ਵੀਰ ਜੀ, ਕੀ ਨਾਂ ਹੈ ਤੁਹਾਡਾ ਤੇ ਕੀ ਭਰਾ ਦਾ? ਕੀ ਨਾਂ? ਕੀ ਗੱਲ? ਮੇਰਾ ਨਾਮ ਭਰਾ ਦਾ ਗੁਰਲਾਲ ਸਿੰਘ। ਹਾਂਜੀ, ਕੀ ਗੱਲ ਹੋਈ ਹੈ? ਹਾਂਜੀ, ਕੀ ਗੱਲਬਾਤ ਹੋਈ ਹੈ ਸਰ? ਗੱਲਬਾਤ ਕੋਈ ਨਹੀਂ, ਮੈਂ ਤੇ ਦੁਕਾਨ ਤੇ ਕੰਮ ਕਰਦਾ ਕਾਰਾਂ ਦਾ, ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ, ਤੇ ਇੱਥੇ ਉਦੋਂ ਇੱਥੇ ਸੀ ਤੇ ਕੋਟੀ ਪਾ ਕੇ ਚੱਲ ਗਏ ਆ, ਕੋਟੀ ਪਾ ਕੇ ਚੱਲ ਗਏ, ਬਾਅਦ 'ਚੋਂ ਮੈਂ ਰੋਟੀ ਖਾ ਕੇ ਚੱਲ ਗਿਆ, ਬਾਅਦ 'ਚੋਂ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ, ਉਹ ਕਹਿੰਦੇ ਵੀ ਉਹ ਜਨਮ ਦਿਨ ਦੀ ਪਾਰਟੀ 'ਤੇ ਗਿਆ ਆ, ਅਤੇ ਬਸ ਉਸ ਦਿਨ ਤੋਂ ਅਸੀਂ ਇਹ ਕਹਿੰਦੇ ਵੀ ਆਜੂਗਾ, ਕੁਛ ਨਹੀਂ ਹੁੰਦਾ, ਬਾਅਦ 'ਚ ਨਾ ਕਿਸੇ ਨੂੰ ਕੁਛ ਦੱਸ ਕੇ ਗਿਆ, ਅਸੀਂ ਬੜਾ ਲੱਭਿਆ ਉਹਨੂੰ, ਬੜੀ ਦੂਰ ਤੱਕ ਫਿਰ ਕੇ ਆਏ ਅਸੀਂ, ਤਰਨ ਤਾਰਨ ਤੱਕ ਹੋ ਆਏ ਅਸੀਂ, ਗੁਰਦੁਆਰੇ ਸਾਰੇ ਕਿਤੇ ਵੇਖ ਆਏ, ਪਰ ਨਹੀਂ ਨਾ ਕੋਈ ਅਦਾ ਪਤਾ, ਫੋਨ ਨੰਬਰ ਵੀ ਬੰਦ ਆਉਂਦਿਆ ਦਾ, ਬਸ ਮੇਰੇ ਨਾਲ ਇਹੋ ਗੱਲ ਹੋਈ, ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਕੋਈ ਸ਼ੱਕ ਹੈਗਾ ਕਿਸੇ 'ਤੇ? ਨਹੀਂ, ਸ਼ੱਕ ਨਹੀਂ ਕਿਸੇ 'ਤੇ ਹੈਗਾ, ਕਿਉਂਕਿ ਨਾ ਤਾਂ ਸਾਡਾ ਕਿਸੇ ਨੇ ਪੈ ਰਿਹਾ, ਅਸੀਂ ਕੰਮ ਕਾਰ ਵਾਲੇ ਬੰਦੇ ਹਾਂ, ਵੀ ਮੈਂ ਸਾਰੀ ਦਿਹਾੜੀ ਦੁਕਾਨ 'ਤੇ ਰਹਿੰਦਾ, ਅਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਡੈਡੀ ਨਾਲ। ਤੁਹਾਡਾ ਭਰਾ ਆ ਕਿ ਤੁਹਾਨੂੰ ਦੱਸਿਆ ਵੀ ਕਿਸੇ ਨਾਲ ਪ੍ਰੇਮ ਸੰਬੰਧ ਹੋਣ ਉਹਦੇ? ਨਹੀਂ, ਕਿਸੇ ਨਾਲ, ਲੜਕੀ ਨਾਲ ਜਾਂ ਕਿਸੇ ਨਾਲ? ਕੋਈ ਨਹੀਂ। ਕੰਪਲੇਂਟ ਕੀਤੀ ਹੈ? ਕੰਪਲੇਂਟ ਕੀਤੀ ਆ, ਅਤੇ ਬਾਕੀ ਉਹ ਕੋ ਤਾਂ ਪਤਾ ਹੀ ਨਹੀਂ ਚੱਲਿਆ ਜੀ ਸਾਨੂੰ। ਕੀ ਕਹਿੰਦੀ ਪੁਲਿਸ? ਪੁਲਿਸ ਨੂੰ ਮਿਲੇ? ਨਹੀਂ, ਉਹਨਾਂ ਨੇ ਦੱਸਿਆ ਨਹੀਂ ਕੱਖ ਵੀ ਨਹੀਂ ਕਿਹਾ। ਹਾਂਜੀ, ਕੀ ਮੰਗ ਕਰਦੇ ਜੋ? ਮੰਗ ਇਹ ਹੋਈ ਆ ਵੀ, ਮੰਗ ਇਹ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ, ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ, ਮੈਂ ਵੀ ਹੁਣ ਕੰਮ ਕਾਰ ਵਾਲਾ ਬੰਦਾ, ਇਹ ਵੀ ਕੰਮ ਕਾਰ ਵਾਲੇ ਬੰਦੇ ਦੁਖੀ ਆ ਸਾਰੇ, ਬਾਕੀ ਜੋ ਲੱਭਿਆ ਜਾਊਗਾ ਤੇ ਵੀ। ਕੀ ਨਾਂ ਆ, ਕੀ ਮਸਲਾ ਸਰ? ਗੁਰਲਾਲ ਸਿੰਘ ਆ ਜੀ। ਮੁੰਡੇ ਦਾ ਕੀ ਨਾਂ ਆ? ਗੁਰਲਾਲ ਸਿੰਘ। ਤੁਹਾਡਾ ਕੀ ਨਾਂ ਆ? ਤਰਸੇਮ ਸਿੰਘ। ਕੀ ਮਸਲਾ ਜੀ ਸਾਰਾ? ਹਾਂਜੀ ਭਾਅ ਜੀ, ਹੈਪੀ ਬਰਥਡੇ 'ਤੇ ਗਿਆ ਇੱਥੋਂ, ਸ਼ਾਮੀ ਸਾਨੂੰ 5 ਵਜੇ ਦੱਸ ਕੇ ਗਿਆ, ਮੈਂ ਹੈਪੀ ਬਰਥਡੇ 'ਤੇ ਚੱਲਿਆ, ਮੇਰੇ ਯਾਰ ਦਾ ਹੈਪੀ ਬਰਥਡੇ ਆ, ਅਤੇ ਅਸੀਂ ਆਖਿਆ ਚੱਲ ਹੋ ਗਏ ਅਤੇ ਆ ਜਾਈ ਛੇਤੀ, ਅਤੇ ਮੁੜ ਕੇ ਗਿਆ ਅਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ, ਅਸੀਂ ਜਿਉਂ ਉਡੀਕਦੇ ਰਹੇ, ਜਿਉਂ ਉਡੀਕਦੇ ਰਹੇ, ਮੁੜ ਕੇ ਰਿਸ਼ਤੇਦਾਰਾਂ ਦੇ ਲੱਭਣ ਡੇ ਪਏ, ਮੁੜ ਕੇ ਗੁਰਦੁਆਰਿਆਂ 'ਚ ਲੱਭਣ ਡੇ ਪਏ, ਅਤੇ ਅਜੇ ਅੱਜ ਤੱਕ ਨਹੀਂ ਮਿਲਣੇ, ਕੋਈ ਸੁਨਾਹ ਪਤਾ ਮਿਲ ਹੀ ਨਹੀਂ ਸਕਿਆ ਸਾਨੂੰ, ਅਤੇ ਇਹ ਆ ਵੀ ਬਹੁਤ ਕਿਰਪਾ ਹੋਏਗੀ ਜੇ ਕੋਈ ਦੱਸਦੇ ਭੈਣ ਭਰਾ, ਅਤੇ ਅਸੀਂ ਤਾਂ ਰੋਟੀ ਵੀ ਨਹੀਂ ਖਾਧੀ ਦੋਵਾਂ ਨੇ, ਦੋਵਾਂ ਜੀਆਂ ਨੇ ਵੀ ਇਹ ਕੀ ਬਣਿਆ ਸਾਡੇ ਨਾਲ। ਕਿੰਨੇ ਦਿਨ ਹੋ ਗਏ? ਹਾਂਜੀ, ਕਿੰਨੇ ਦਿਨ? ਅੱਜ ਹੀ 21 ਦਿਨ ਹੋ ਗਏ ਜੀ। ਹਾਂਜੀ, ਅਤੇ ਦਰਖਾਸਤ ਦਿੱਤੀ ਆ ਜੀ। ਪੁਲਿਸ ਨੇ ਨਹੀਂ ਕੁਛ ਕਿਹਾ ਸਾਨੂੰ, ਅਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ। ਕੋਈ ਬਾਅਦ 'ਚ ਪੁੱਛ ਕੇ? ਨਾ, ਕੋਈ ਪੁੱਛ ਗਿੱਛ ਨਹੀਂ। ਕੀ ਮੰਗ ਕਰਦੇ ਜੀ? ਮੰਗ ਅਸੀਂ ਇਹ ਕਰਦੇ ਵੀ ਸਾਡਾ ਪੁੱਤ ਲੱਭ ਜੇ, ਵੀ ਘਰ ਨੂੰ ਆ ਜੇ, ਅਤੇ ਸਭ ਕੁਛ ਵਿੱਚ ਹੀ ਆ ਜਾਂਦਾ, ਵੀ ਹੋਰ ਅਸੀਂ ਤਾਂ ਕੋ ਨਾ ਕਿਸੇ ਨੂੰ ਫੜਾ ਸਕਦੇ ਹਾਂ ਨਾ ਫੜ ਸਕਦੇ ਹਾਂ, ਅਤੇ ਸਾਡਾ ਕਿਸੇ ਨਾਲ ਵੈਰ ਵਿਰੋਧ ਹੈ ਹੀ ਨਹੀਂ, ਵੀ ਜਾਂ ਕਿਸੇ ਨਾਲ ਵੈਰ ਵਿਰੋਧ ਹੋਵੇ, ਅਤੇ ਆਪਾਂ ਸਾਡਾ ਪੁੱਤ ਹੀ ਘਰ ਨੂੰ ਆ ਜਾਏ, ਇੰਨੀ ਬੜੀ ਫਤਿਹ ਹੈ। ਤੁਹਾਨੂੰ ਨਹੀਂ ਨਹੀਂ ਸ਼ੱਕ ਕਿਸੇ 'ਤੇ ਨਹੀਂ, ਸਾਡਾ ਕਿਸੇ ਨਾਲ ਲੜਾਈ ਝਗੜਾ ਸਾਰੀ ਉਮਰ 'ਚ ਹੀ ਨਹੀਂ ਹੋਇਆ,
ਵੀ ਅਸੀਂ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਅਸੀਂ ਦੇ, ਅਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਕਿਸੇ ਨਾਲ ਗਿਆ ਵੀ ਆ ਮੁੰਡੇ ਮੰਡੇ ਨਾਲ ਵੀ, ਅਤੇ ਉਹ ਘਰ ਨੂੰ ਆ ਜਾਏ, ਇੰਨੀ ਬੜਾ ਸ਼ੁਕਰ ਹੈ।